ਮੈਂ ਇੱਥੇ ਕੁੜੀਆਂ ਵਾਲੇ ਸਕੂਲੇ ਮਾਸਟਰ ਲੱਗਿਆ ਜੀ। ਉਹ ਆਈ ਕਾਰਡ ਮੈਂ ਕੰਪਿਊਟਰ ਤੋਂ ਕੱਢਿਆ ਸੀ ਜੀ, CID ਦਾ। ਉਹ ਜਿਵੇਂ ਕੋਈ ਪੁਲਿਸ ਵਾਲਾ ਚਲਾਨ ਕੱਢਦਾ ਸੀ ਜਾਂ ਕੋਈ ਚਲਾਨ ਨਾ ਕੱਢਦੇ ਤਾਂ ਕਰਕੇ ਵਰਤਦਾ ਸੀ। ਨਹੀਂ ਨਹੀਂ, ਬੱਸ ਵਾਲਾ ਨਹੀਂ ਚਲਾਉਂਦਾ, ਉਹਨੂੰ ਆਪੇ ਹੀ ਪ੍ਰਿੰਟਰ ਤੋਂ ਹੀ ਕੱਢਿਆ ਸੀ। ਇਹ ਗਲਤੀ ਹੋ ਗਈ ਜੀ ਮੇਰੇ ਤੋਂ ਬਹੁਤ ਵੱਡੀ। ਇਸ ਗਲਤੀ ਵਾਸਤੇ ਮੈਂ ਸ਼ਮਾ ਯਾਚਨਾ ਚਾਹੁੰਦਾ ਸਾਰਿਆਂ ਤੋਂ, ਅਤੇ ਅੱਗੇ ਤੋਂ ਇਹ ਗਲਤੀ ਨਹੀਂ ਦੁਹਰਾਈ ਜਾਏਗੀ ਅਤੇ ਮੈਨੂੰ ਇੱਕ ਵਾਰੀ ਮਾਫ਼ ਕੀਤਾ ਜਾਵੇ। ਤਾਂ ਇਸ ਆਈਡੀ ਕਾਰਡ ਦੇ ਥਰੂ ਉਹ ਬੇਸਿਕਲੀ ਲੋਕਾਂ ਨੂੰ ਧੋਖਾ ਦਿੰਦਾ ਹੈ ਅਤੇ ਧੋਖਾਧੜੀ ਦੇ ਕੰਮ ਕਰਦਾ ਹੈ। ਇਹ 'ਤੇ ਕਾਰਵਾਈ ਕਰਦੇ ਹੋਏ ਉਹ ਬੰਦੇ ਨੂੰ ਵੈਰੀਫਾਈ ਕੀਤਾ ਗਿਆ ਅਤੇ ਉਹਦੇ ਕੋਲੋਂ CID ਇੰਸਪੈਕਟਰ ਦਾ ਇੱਕ ਜਾਲੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਤਰਨ ਤਾਰਨ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਨਕਲੀ CID ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦਾ ਰਹਿਣ ਵਾਲਾ ਕਪਿਲ ਕਾਨ ਤਰਨ ਤਾਰਨ ਵਿਖੇ ਇੱਕ ਸਰਕਾਰੀ ਸਕੂਲ ਵਿੱਚ ATT ਅਧਿਆਪਕ ਹੈ ਅਤੇ ਇਸ ਨੇ ਆਪਣਾ ਨਕਲੀ CID ਇੰਸਪੈਕਟਰ ਦਾ ਪਹਿਚਾਣ ਪੱਤਰ ਦਿਖਾ ਕੇ ਲੋਕਾਂ ਤੇ ਰੋਕ ਚਾੜਦਾ ਸੀ ਅਤੇ ਲੋਕਾਂ ਨਾਲ ਧੋਖਾਧੜੀ ਵੀ ਕਰਦਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ CID ਦਾ ਨਕਲੀ ਪਹਿਚਾਣ ਪੱਤਰ ਵੀ ਬਰਾਮਦ ਕਰ ਲਿਆ ਹੈ। ਕਪਿਲ ਕਾਨ ਸ਼ਾਸਤਰੀ, ਮੈਂ ਫਾਜ਼ਿਲਕਾ ਤੋਂ। ਤੇ ਕੀ ਕੰਮ ਕਰਦੇ? ਮੈਂ ਇੱਥੇ ਕੁੜੀਆਂ ਵਾਲੇ ਸਕੂਲੇ ਮਾਸਟਰ ਲੱਗਿਆ ਜੀ। ਕਿੰਨੀ ਤਨਖਾਹ ਤੇ? ਰੈਗੂਲਰ ਤੇ ਜਾਂ ਇੱਥੇ? ਅਜੇ ਰੈਗੂਲਰ ਹੋਣ ਵਾਲਾ, 9700 ਤੇ। ਤੇ ਤੁਹਾਡੇ ਕੋਲ ਇੱਕ ਆਈ ਕਾਰਡ ਸੀਗਾ? ਹਾਂਜੀ ਹਾਂਜੀ, ਉਹ ਆਈ ਕਾਰਡ ਮੈਂ ਕੰਪਿਊਟਰ ਤੋਂ ਕੱਢਿਆ ਸੀ ਜੀ CID ਦਾ। ਅੱਛਾ, ਕਿਸ ਰੈਂਕ ਦਾ ਸੀਗਾ? CID ਦਾ। ਨਹੀਂ, ਰੈਂਕ ਕਿਹੜਾ ਸੀ? ਇੰਸਪੈਕਟਰ ਦਾ ਸੀ। ਹਾਂਜੀ ਹਾਂਜੀ, ਇੰਸਪੈਕਟਰ ਦਾ। ਉਹ ਕਿੱਥੇ ਵਰਤਦੇ ਤੁਸੀਂ? ਉਹ ਜਿਵੇਂ ਕੋਈ ਪੁਲਿਸ ਵਾਲਾ ਚਲਾਨ ਕੱਢਦਾ ਸੀ ਜਾਂ ਕੋਈ ਚਲਾਨ ਨਾ ਕੱਢਦੇ ਤਾਂ ਕਰਕੇ ਵਰਤਦਾ ਸੀ। ਕਿੰਨਾ ਚਿਰ ਪਹਿਲਾਂ ਬਣਾਇਆ ਸੀ? ਬਸ ਹੁਣੇ ਮਿੰਨਾ ਕੋਈ ਹੋਇਆ ਸੀ ਜੀ। ਉਦੋਂ ਤੋਂ ਬੱਸ ਸਫ਼ਰ ਵੀ ਕਰਦੇ ਤੁਸੀਂ? ਨਹੀਂ ਨਹੀਂ, ਬੱਸ ਵਾਲਾ ਨਹੀਂ ਚਲਾਉਂਦਾ ਉਹਨੂੰ। ਤੇ ਉਹ ਬਣਾਇਆ ਕਿੱਥੋਂ ਤੁਸੀਂ? ਆਪੇ ਹੀ ਪ੍ਰਿੰਟਰ ਤੋਂ ਹੀ ਕੱਢਿਆ ਸੀ। ਆਪੇ ਕੱਢਿਆ ਸੀ? ਹਾਂ ਹਾਂਜੀ ਹਾਂਜੀ। ਤੇ ਹੁਣ ਤੁਸੀਂ ਕੀ ਮੰਨਦੇ ਜੀ, ਵੀ ਇਹ ਗਲਤ ਨਹੀਂ ਹੈਗਾ? ਇਹ ਗਲਤੀ ਹੋ ਗਈ ਜੀ ਮੇਰੇ ਤੋਂ ਬਹੁਤ ਵੱਡੀ। ਇਸ ਗਲਤੀ ਵਾਸਤੇ ਮੈਂ ਸ਼ਮਾ ਯਾਚਨਾ ਚਾਹੁੰਦਾ ਸਾਰਿਆਂ ਤੋਂ, ਅਤੇ ਅੱਗੇ ਤੋਂ ਇਹ ਗਲਤੀ ਨਹੀਂ ਦੁਹਰਾਈ ਜਾਏਗੀ ਅਤੇ ਮੈਨੂੰ ਇੱਕ ਵਾਰੀ ਮਾਫ਼ ਕੀਤਾ ਜਾਵੇ। ਤੁਸੀਂ ਪੁਲਿਸ ਨੂੰ ਦਬਕੇ ਮਾਰੇ ਜਾ ਕੇ ਚੌਂਕੀ ਵਿੱਚ? ਚੌਂਕੀ ਵਿੱਚ ਜਾ ਕੇ ਦਬਕੇ ਨਹੀਂ ਮਾਰੇ, ਮੈਂ ਤਾਂ ਐਵੇਂ ਕਿਹਾ ਸੀ ਜੀ ਕਿ ਨਾਕਾ ਵਗੈਰਾ ਨਹੀਂ ਲੱਗਿਆ ਹੋਇਆ, ਨੱਕ ਲਾਓ। ਕਿਸ ਗੱਲ ਦੀ ਜਾਣਕਾਰੀ ਲੈਣਾ ਚਾਹੁੰਦੇ ਤੁਸੀਂ? ਜਾਣਕਾਰੀ ਕੋਈ ਚੀਜ਼ ਦੀ ਨਹੀਂ ਵੈਸੇ ਹੀ। ਨਹੀਂ, ਉਹ ਕਹਿੰਦੇ ਵੀ ਸਾਡੇ ਕੋਲ ਗੁਰਪੁਰਬ ਸੰਬੰਧੀ ਉਹਨਾਂ ਕਿਹਾ ਮੇਰੀ ਡਿਊਟੀ ਲੱਗੀ ਹੈ ਅਤੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦਾ। ਕੀ ਤੁਹਾਡੀ ਕੀ ਡਿਊਟੀ ਕਹਿ ਕੇ ਤੁਸੀਂ? ਨਹੀਂ ਨਹੀਂ, ਉਹ ਤਾਂ ਵੈਸੇ ਹੀ ਬਸ ਸੁਬਹਾ ਸੁਬਹਾ ਸੈਰ ਕਰਨ ਨਿਕਲਿਆ ਸੀ। ਹਾਂ, ਅਤੇ ਰਾਤ ਦੀ ਥੋੜ੍ਹੀ ਬਹੁਤ ਕੋਈ ਡਰਿੰਕ ਵਗੈਰਾ ਕੀਤੀ ਹੋਈ ਸੀ ਅਤੇ ਮੈਂ ਕਿਹਾ ਚਲੋ ਸੈਰ ਕਰੀਏ ਜੀ। ਅਤੇ ਚੌਂਕੀ ਚਲੇ ਗਏ? ਅਤੇ ਚੌਂਕੀ ਚਲਾ ਗਿਆ। ਅਤੇ ਉਹਨਾਂ ਦੇ ਕੁਰਸੀ 'ਤੇ ਬੈਠੇ ਗਏ ਇੰਚਾਰਜ ਜੀ? ਹਾਂਜੀ, ਇੰਚਾਰਜ ਦੀ ਕੁਰਸੀ 'ਤੇ ਬੈਠੇ ਸੀ? ਉਹਨਾਂ ਨੇ ਕਿਹਾ ਸੀ ਜੀ ਇੱਥੇ ਬਹਿ ਜਾਓ। ਫਿਰ ਤੁਸੀਂ ਕੀ ਪੁੱਛਗਿੱਛ ਕੀਤੀ ਉਹਨਾਂ ਕੋਲ? ਕੋਈ ਪੁੱਛਗਿੱਛ ਨਹੀਂ ਕੀਤੀ, ਬਸ ਉਹ ਕਹਿੰਦੇ ਮੈਨੂੰ ਨਾਲ ਦੀ ਨਾਲ ਉਹ ਮੈਨੂੰ ਜਿਪਸੀ 'ਚ ਬਿਠਾ ਗਿਆ ਇੱਥੇ ਲਿਆਏ ਸਰਾਲੀ। ਅਤੇ ਤੁਹਾਡੇ ਕੋਲ ਕਿਹੜੀ ਕਿਹੜੀ ਏਜੰਸੀਆਂ ਨੇ CID ਵਾਲਿਆਂ ਨੇ ਪੁੱਛਗਿੱਛ ਕੀਤੀ ਹੈ ਤੁਹਾਡੇ ਕੋਲ? ਤੁਹਾਡੇ ਕੋਲ CID ਵਾਲੇ? ਨਹੀਂ, ਇੱਕ ਜਣੇ ਆਏ ਸੀ ਬਾਈ ਸਾਹਿਬ, ਦੋ ਜਣੇ ਆਏ ਸੀ, ਉਹਨਾਂ ਨੇ ਕੀਤੀ ਸੀ ਜੀ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਹਾਡੇ ਪਰਿਵਾਰ 'ਚ ਕੌਣ ਹੈ? ਮੇਰੇ ਪਰਿਵਾਰ 'ਚ ਮੇਰੀ ਦੋ ਗੁੜੀ ਹੈ, ਮੇਰੀ ਵਾਈਫ ਹੈ। ਕਿੰਨੇ ਚਿਰ ਤੋਂ ਨੌਕਰੀ ਕਰ ਰਹੇ ਹੋ? ਮੈਨੂੰ ਉਹਨੇ 3 ਸਾਲ ਲੱਗੇ ਹੈ ਇੱਥੇ। ਹਾਂਜੀ, ਨਸ਼ਹਿਰੇ? ਹਾਂਜੀ। ਅਤੇ ਜਦੋਂ ਤੁਸੀਂ ਤੁਹਾਨੂੰ ਤੁਹਾਡੀ ਜੋਬ ਹੈ ਚੰਗੀ ਬੜੀ ਭਾਵੇਂ ਠੇਕੇ 'ਤੇ ਆ, ਫਿਰ ਤੁਸੀਂ ਇਸ ਸਟੈਪ ਕਿਉਂ ਲਿਆ? ਗਲਤੀ ਹੋ ਗਈ ਜੀ, ਉਹ ਵੀ ਬਹੁਤ ਵੱਡੀ ਗਲਤੀ ਹੋ ਗਈ। ਦੁਰ ਵਰਤੋਂ ਕਰ ਰਹੇ ਜੀ, ਗਲਤੀ ਹੋ ਗਈ ਜੀ, ਸ਼ਮਾ ਕਰੋ ਜੀ, ਮਾਫ਼ ਕਰੋ ਜੀ, ਗਲਤੀ ਹੋ ਗਈ ਜੀ। ਗਲਤੀ ਕੀਤੀ ਨਾ ਮੰਨਦੇ ਤੁਸੀਂ? ਹਾਂਜੀ। ਕਾਰਡ ਕਿੱਥੇ ਤੁਹਾਡੇ ਕੋਲ? ਕਾਰਡ ਇਹਨਾਂ ਪੁਲਿਸ ਵਾਲਿਆਂ ਕੋਲ ਹੀ ਹੈ। ਪੁਲਿਸ ਵਾਲਿਆਂ ਕੋਲ ਹੀ ਹੈ? ਹਾਂਜੀ। SHO ਸਰਹਾਲੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਪਿਲ ਕਾਂਤ ਸ਼ਾਸਤਰੀ ਨਾਂ ਦਾ ਬੰਦਾ ਹੈ ਜਿਹੜੇ ਨੇ CID ਇੰਸਪੈਕਟਰ ਦਾ ਇੱਕ ਜਾਲੀ ਆਈਡੀ ਕਾਰਡ ਬਣਾਇਆ ਹੋਇਆ ਹੈ। ਤਾਂ ਇਸ ਆਈਡੀ ਕਾਰਡ ਦੇ ਥਰੂ ਉਹ ਬੇਸਿਕਲੀ ਲੋਕਾਂ ਨੂੰ ਧੋਖਾ ਦਿੰਦਾ ਹੈ ਅਤੇ ਧੋਖਾਧੜੀ ਦੇ ਕੰਮ ਕਰਦਾ ਹੈ। ਇਹ 'ਤੇ ਕਾਰਵਾਈ ਕਰਦੇ ਹੋਏ ਉਹ ਬੰਦੇ ਨੂੰ ਵੈਰੀਫਾਈ ਕੀਤਾ ਗਿਆ ਅਤੇ ਉਹਦੇ ਕੋਲੋਂ CID ਇੰਸਪੈਕਟਰ ਦਾ ਇੱਕ ਜਾਲੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਸ਼ਹਿਰਾ ਪੰਨੂਆਂ ਦੇ ਵਿੱਚ ਹੀ ਇੱਕ ਸਕੂਲ ਦੇ ਵਿੱਚ ਟੀਚਰ ਸੀਗਾ।
ਅਤੇ ਇਹ 'ਤੇ ਸੰਬੰਧਿਤ ਧਾਰਾਵਾਂ ਤਹਿਤ ਇੱਕ ਪਰਚਾ ਦਰਜ ਕਰ ਲਿਆ ਗਿਆ ਅਤੇ ਜਿਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। फ्री सेवा फ्री समाधान। विदेश बैठे क्यों हो परेशान? तंत्र मंत्र काली शक्ति अते काले इलम दे बेताज बादशाह सरदार तरमिंदर जीत सिंह जी। मेरा किता होया चलेगा सत समुंदर पार। कोई अजेहा ताला नहीं जो खुले ना। हर काम हुंदा है करण वाला चाहिदा। हर समस्या दा समाधान 100% गारंटी नाल। अष्टाम पेपर ते लिख के लवो। स्पेशलिस्ट वशीकरण करना जा तोड़वाना। लव मैरिज लाटरी नंबर पीआर प्रॉब्लम सौतन जा दुश्मन तो छुटकारा। कर्जा मुक्ति सास नू पति पत्नी विच अनबन। मन चाहिया प्यार बच्चे कहने तो बार। ਘਰ ਵਿੱਚ ਕਲੇਸ਼ ਤੁਹਾਡਾ ਕੋਈ ਭੈਣ ਭਰਾ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਤਰਮਿੰਦਰਜੀਤ ਸਿੰਘ ਜੀ ਨਾਲ 9878484826।